ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਮੋ ਗੁਰਸਿੱਖ ਸੰਗਤਾਂ ਨੂੰ ਬੇਨਤੀ ਹੈ ਭਾਈ, ਜੋ ਨਿਰਮਲ ਡੇਰਾ ਬੇਰ ਕਲਾਂ ਵਿਖੇ ਹਰ ਸਾਲ ਦੀ ਤਰ੍ਹਾਂ ਸਾਲਾਨਾ ਸਮਾਗਮ 40 ਰੋਜ਼ਾ ਜੋ ਮਨਾਏ ਜਾਂਦੇ ਹਨ, ਇਸ ਅਸਥਾਨ ਦੇ ਬਾਨੀ ਸ਼੍ਰੀ ਰਮਨ ਸੰਤ ਬਾਬਾ ਠਾਕੁਰ ਗੁਲਾਬ ਸਿੰਘ ਜੀਆਂ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ, ਸੋ ਮਾਘ ਸੂਈ ਦਸਵੀਂ ਤੋਂ 40 ਦਿਨ ਪਹਿਲਾਂ ਸ਼ੁਰੂ ਕੀਤੇ ਜਾਂਦੇ ਨੇ ਅਖੰਡ ਪਾਠਾਂ ਦੀ ਲੜੀ, ਕਥਾ ਕੀਰਤਨ ਨਾਲ ਹਰ ਤਰ੍ਹਾਂ ਦੇ ਮੈਡੀਕਲ ਦੇ ਕੈਂਪ ਚੱਲਦੇ ਹਨ। ਸੰਪੂਰਨ ਤਾਲੀ ਵਾਲੇ ਦਿਨ ਫਿਰ ਲੋੜਵੰਦ ਪਰਿਵਾਰਾਂ ਦੇ ਬੱਚੇ ਬੱਚਿਆਂ ਦੀਆਂ ਸਾਦੀਆਂ ਕਰਵਾ ਕੇ ਉਹਨਾਂ ਨੂੰ ਲੋੜੀਂਦਾ ਸਮਾਨ ਦਿੱਤਾ ਜਾਂਦਾ ਹੈ। ਹਰ ਤਰ੍ਹਾਂ ਦੇ ਕੈਂਪ ਲਾਏ ਜਾਂਦੇ ਨੇ, ਫਰੀ ਆਪਰੇਸ਼ਨ ਕਰਵਾਏ ਜਾਂਦੇ ਨੇ। ਇਸ ਤਰ੍ਹਾਂ ਲੋਕ ਭਲਾਈ ਦੇ ਕਾਰਜ ਸਤਿਗੁਰੂ ਪਾਤਸ਼ਾਹ ਗੁਰਮਤਿ ਦੀਆਂ ਸੇਵਾਵਾਂ ਆਪ ਕਰਵਾ ਰਹੇ ਨੇ। ਇਸ ਸਾਲ ਵੀ ਇਹ ਸਮਾਗਮ ਹੋਇਆ ਜੋ 29 ਦਸੰਬਰ ਤੋਂ ਆਰੰਭ ਹੋ ਕੇ ਅੱਜ ਤੱਕ 6 ਫਰਵਰੀ ਤੱਕ 40 ਦਿਨ ਇਹ ਚੱਲਦਾ ਰਿਹਾ, ਅਤੇ ਅੱਜ ਨਾਲ ਦੀ ਨਾਲ ਨਵੇਂ ਦਰਬਾਰ ਸਾਹਿਬ ਦੀ ਉਦਘਾਟਨ ਕਰਕੇ ਮਹੂਰਤ ਕਰਕੇ ਉੱਥੇ ਸਤਿਗੁਰਾਂ ਮੁਬਾਰਕ ਚਰਨ ਪਵਾਏ ਗਏ, ਅਤੇ ਅਖੰਡ ਪਾਠ ਸਾਹਿਬ ਦਾ ਜਿਹੜਾ ਪ੍ਰਵਾਹ ਪ੍ਰਾਰੰਭ ਹੋਇਆ ਜੋ ਪਰਸੋਂ ਤੱਕ ਸੰਪੂਰਨਤਾ ਹੀ ਹੋਣੀ ਹੈ। ਸੋ ਦੂਰੋਂ ਦੂਰੋਂ ਸੰਗਤਾਂ ਆਈਆਂ, ਮਹਾਂਪੁਰਸ਼ ਆਏ, ਹੋਰ ਧਾਰਮਿਕ ਰਾਜਨੀਤਿਕ ਸ਼ਖਸੀਅਤਾਂ ਆਈਆਂ। ਸੋ ਸਾਰੀ ਸੰਗਤ ਦਾ ਧੰਨਵਾਦ ਸਭ ਨੂੰ ਜੀ ਆਇਆਂ ਨੂੰ। ਗੁਰਬਾਣੀ ਨਾਲ ਜੁੜੋ ਪਿਆਰਿਓ, ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ, ਕੁਰੈਤਾਂ ਤੋਂ ਮਨਮਤੋਂ ਨਸ਼ਿਆਂ ਤੋਂ ਬਚੋ, ਭਰੂਣ ਹੱਤਿਆ ਨਾ ਕਰੋ ਭਾਈ, ਗੁਰੂ ਦੇ ਪੈ 'ਚ ਰਹਿ ਕੇ ਅਦਭ ਸਤਿਕਾਰ ਨਾਲ ਜੀਵਨ ਆਪਣਾ ਬਸਰ ਕਰੋ, ਆਪਣਾ ਲੋਕ ਸੁਖੀਆ ਪਲੋਕ ਸੁਹੇਲਾ ਬਣਾਓ ਭਾਈ। ਸਾਰੀਆਂ ਆਈਆਂ ਸੰਗਤਾਂ ਦਾ ਮੇਰੇ ਵੱਲੋਂ ਧੰਨਵਾਦ। ਦੇਸ਼ ਵਿਦੇਸ਼ ਬੈਠੀਆਂ ਸੰਗਤਾਂ ਪਿਆਰ ਨਾਲ ਮਿਲ ਕੇ ਰਹੋ, ਗੁਰੂ ਗ੍ਰੰਥ ਦੇ ਗੁਰੂ ਪੰਥ ਦੀ ਸੇਵਾ 'ਚ ਭਾਈ ਆਪਣਾ ਆਪ ਹਮੇਸ਼ਾ ਹਾਜ਼ਰ ਰੱਖੋ, ਆਪਣਾ ਆਪ ਅਰਪਣ ਕਰੋ ਗੁਰੂ ਗ੍ਰੰਥ ਸਾਹਿਬ ਜੀ ਨੂੰ, ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ। ਸਾਰੀਆਂ ਸੰਗਤਾਂ ਧੰਨਵਾਦ ਜੀ ਹਾਂ, ਜਿਨ੍ਹਾਂ ਨੇ ਦਾਨੀ ਪੁਰਸ਼ਾਂ ਨੇ ਹਿੱਸੇ ਪਾਏ ਉਹਨਾਂ ਦਾ ਵੀ ਧੰਨਵਾਦ। ਸਤਿਗੁਰੂ ਸਭ 'ਤੇ ਕਿਰਪਾ ਕਰੇ, ਚੜ੍ਹਦੀ ਕਲਾ ਬਖਸ਼ੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।